अज जी असी नाका लाया सीगा इत्थे बस स्टैंड ते इत्थे कमेटी बनी हुई अपनी ते उधरों हरियाणे चो चिट्टा आ रहा सीगा कोई दो मुंडे सीगे आल्टो गड्डी ते चिट्टा लेके आ रहे सी सानू लग गया पता जी इधर खड़ के पी जांदे सी असी मौके ते चक ले जी कमेटी मैंबरां ने जाके डी आई जी हरिंदर सिंह चहल जी उन्हें कमेटी बनाई है जी नशा रोकू कमेटी अपने पिंड च भी चिट्टा वाहवा हो गया सी ना जी हरियाणे दा करके उहदा करके अपनी कमेटी बनी है जी जां 10 जणे सीगे जी असी नाके ते पिंड दे मुंडिआं ने कमेटी बनी हुई है जी नाका लग्गिआ सीगा अपने अड्डे ते इहनां ने जदों तलाशी करी जी इहनां तों 5 ग्राम चिट्टा निकलिआ जी ਉੱਥੋਂ ਤੱਕ ਵੀ ਗੱਲ ਇੰਨੀ ਕੁ ਹੈ ਵੀ ਪਬਲਿਕ ਦੀ ਜਿਹੜੀ ਕੁੱਟਮਾਰ ਨਹੀਂ ਕਰਨੀ ਚਾਹੀਦੀ ਜੇ ਕੋਈ ਨਸ਼ਾ ਚੀਜ਼ ਹੈ ਤਾਂ ਉਹਦੇ ਸੰਬੰਧੀ ਪੁਲਿਸ ਨੂੰ ਇਤਲਾਹ ਦੇ ਦੇਣੀ ਚਾਹੀਦੀ ਹੈਗੀ ਅਤੇ ਪੁਲਿਸ ਆ ਕੇ ਜਿਹੜੀ ਕਾਰਵਾਈ ਹੈ ਉਹ ਕਰ ਦੇਵੇ ਮੈਂ ਕਮੇਟੀ ਵਾਲਿਆਂ ਨੂੰ ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਨੌਜਵਾਨਾਂ ਨੂੰ ਵਧਾਈ ਦਿੰਦਾ ਜਿਹਨੇ 7-8 ਦਿਨ ਤੋਂ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਅਤੇ ਰੋਜ਼ ਹੀ ਕਾਮਯਾਬੀਆਂ ਹੁੰਦੀਆਂ ਕਦੇ ਕੋਈ ਫੜ ਲਿਆ ਕਦੇ ਕੋਈ ਫੜ ਲਿਆ ਮਾਨ ਹੋਰਾਂ 'ਤੇ ਮੈਨੂੰ ਬਹੁਤ ਉਮੀਦਾਂ ਹਨ ਆਮ ਲੋਕਾਂ ਦੇ ਇਹ ਮੁੱਖ ਮੰਤਰੀ ਆ ਦਲੇਰੀ ਨਾਲ ਫੈਸਲੇ ਲੈਂਦੇ ਆ ਸੈਂਟਰ ਸਰਕਾਰ ਨੂੰ ਬੇਨਤੀ ਹੈ ਵੀ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਵਿੱਚ ਕਿਸੇ ਖਸਖਸ ਦੀ ਖੇਤੀ ਕਰ ਦਿਓ। ਨਸ਼ੇ ਨੇ ਹਰ ਪਿੰਡ ਹਰ ਘਰ ਤੇ ਕਬਜ਼ਾ ਕੀਤਾ ਹੋਇਆ ਜਿਸ ਕਾਰਨ ਦੁਖੀ ਹੋਏ ਲੋਕਾਂ ਨੇ ਨਸ਼ੇ ਖਿਲਾਫ ਠੀਕਰੀ ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਨੇ। ਇਸ ਪਿੰਡ 'ਚ ਨਸ਼ੇੜੀਆਂ ਨੂੰ ਰੋਕਣ ਲਈ ਪਹਿਲਾਂ ਤਾਂ ਥਾਂ ਥਾਂ 'ਤੇ ਨਾਕੇ ਲਗਾ ਕੇ ਨਸ਼ੇੜੀ ਫੜੇ ਜਾਂਦੇ ਨੇ, ਫਿਰ ਉਹਨਾਂ ਦਾ ਕੁਟਾਪਾ ਚਾੜ ਕੇ ਪੁਲਿਸ ਹਵਾਲੇ ਕੀਤਾ ਜਾਂਦਾ ਹੈ। ਆਓ ਸੁਣਦੇ ਇਸ ਬਾਰੇ ਪਿੰਡ ਵਾਸੀਆਂ ਦਾ ਕੀ ਕਹਿਣਾ। ਮੇਰਾ ਨਾਮ ਰਘਵੀਰ ਸਿੰਘ ਹੈ। ਪਿੰਡ ਕਿਹੜਾ? ਪਿੰਡ ਨਸੇਹਾ ਜੀ। ਕੀ ਮਾਮਲਾ ਜੋ ਕਮੇਟੀ ਹੈ, ਕੀ ਮਾਮਲਾ? ਅੱਜ ਜੀ ਅਸੀਂ ਨਾਕਾ ਲਾਇਆ ਸੀਗਾ ਇੱਥੇ ਬੱਸ ਸਟੈਂਡ ਦੇ ਇੱਥੇ ਇਹ ਕਮੇਟੀ ਬਣੀ ਹੋਈ ਆਪਣੀ ਤੇ ਉਧਰੋਂ ਹਰਿਆਣੇ ਚੋਂ ਚਿੱਟਾ ਆ ਰਿਹਾ ਸੀਗਾ ਕੋਈ ਦੋ ਮੁੰਡੇ ਸੀਗੇ ਆਲਟੋ ਗੱਡੀ ਤੇ ਚਿੱਟਾ ਲੈ ਕੇ ਆ ਰਹੇ ਸੀ ਸਾਨੂੰ ਲੱਗ ਗਿਆ ਪਤਾ ਜੀ ਇੱਧਰ ਖੜ ਕੇ ਪੀ ਜਾਂਦੇ ਸੀ ਅਸੀਂ ਮੌਕੇ ਤੇ ਉਹ ਚੱਕ ਲਏ ਜੀ ਕਮੇਟੀ ਮੈਂਬਰਾਂ ਨੇ ਜਾ ਕੇ ਮੁੜ ਕੇ ਅਸੀਂ ਉਹਨੂੰ ਸੱਦ ਲਿਆ ਜੀ ਆਪਣਾ ਮੁਲਾਜ਼ਮ ਐਸਟੀਐਫ ਵਾਲਾ ਰਜਿੰਦਰ ਬਰਾੜ ਉਹ ਮੌਕੇ ਤੇ ਆ ਗਏ ਉਹਨਾਂ ਨੇ ਕਾਰਵਾਈ ਕਰਤੀ ਜੀ ਅਸੀਂ ਇੱਥੇ ਚੌਂਕੀ 'ਚ ਲਿਆਏ ਜੀ ਸਿੰਘ ਤੇ ਕਿੰਨਾ ਚਿੱਟਾ ਨਿਕਲਿਆ ਉਹਨਾਂ ਕੋਲ 5 ਗ੍ਰਾਮ ਹੈ ਜੀ ਹਾਂਜੀ ਤੇ ਹੁਣ ਪੁਲਿਸ ਕਾਰਵਾਈ ਕਰ ਰਹੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਹਾਂ ਹੁਣ ਪਰਚਾ ਦੇਣਾ ਬਸ ਇਹ ਜਿਹੜੀ ਤੁਸੀਂ ਕਮੇਟੀਆਂ ਬਣਾਈਆਂ ਕਿਵੇਂ ਕਮੇਟੀਆਂ ਬਣਾਈਆਂ ਇਹ ਆਪਣਾ ਚਹਿਲ ਨੇ ਡੀ ਆਈ ਜੀ ਹਰਿੰਦਰ ਸਿੰਘ ਚਹਿਲ ਜੀ ਉਹਨੇ ਕਮੇਟੀ ਬਣਾਈ ਹੈ ਜੀ ਨਸ਼ਾ ਰੋਕੂ ਕਮੇਟੀ ਆਪਣੇ ਪਿੰਡ 'ਚ ਵੀ ਚਿੱਟਾ ਵਾਹਵਾ ਹੋ ਗਿਆ ਸੀ ਨਾ ਜੀ ਹਰਿਆਣੇ ਦਾ ਕਰਕੇ ਉਹਦਾ ਕਰਕੇ ਆਪਣੀ ਕਮੇਟੀ ਬਣੀ ਹੈ ਜੀ ਤਾਂ ਕਰਕੇ ਤੇ ਕਿੰਨੇ ਕੁ ਮੁੰਡੇ ਸੀ ਤੁਸੀਂ ਮੌਕੇ ਰੋਜ਼ ਹੁੰਦੇ ਹਾਂ ਜੀ ਹਾਂ 10 ਜਣੇ ਸੀਗੇ ਜੀ ਅਸੀਂ ਨਾਕੇ 'ਤੇ ਤੇ ਤੁਸੀਂ ਆਸੇ ਪਾਸੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹੋ ਵੀ ਹਾਂ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਪਿੰਡਾਂ ਦੇ ਜੀ ਨਾਕਾ ਲਾਉਣ ਸਖਤਾਈ ਕਰਨ ਫਿਰ ਹੀ ਨਸ਼ਾ ਬੰਦ ਹੋਊਗਾ ਜੀ ਸਾਰੇ ਪਿੰਡਾਂ ਨੂੰ ਅਪੀਲ ਇਹੀ ਹੈ ਜੀ ਨਾਕਾ ਚਾਲੂ ਰਹੂਗਾ ਚਾਲੂ ਰਹੂਗਾ ਜੀ ਸਾਡਾ ਤੇ ਹੁਣ ਪੁਲਿਸ ਦੇ ਰਹੀ ਹੈ ਪਰਚਾ ਹਾਂ ਪਰਚਾ ਦੇ ਰਹੀ ਹੈ ਜੀ ਪੁਲਿਸ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਜਗਸੀਰ ਸਿੰਘ ਹੈ ਜੀ ਪਿੰਡ ਨਥੇਹਾ ਸਰਪੰਚ ਅਤੇ ਆਪਣੇ ਮੁੰਡਿਆਂ ਨੇ ਪਿੰਡ ਦੇ ਮੁੰਡਿਆਂ ਨੇ ਕਮੇਟੀ ਬਣੀ ਹੋਈ ਹੈ ਜੀ ਨਾਕਾ ਲੱਗਿਆ ਸੀਗਾ ਆਪਣੇ ਅੱਡੇ 'ਤੇ ਇਹਨਾਂ ਨੇ ਜਦੋਂ ਤਲਾਸ਼ੀ ਕਰੀ ਜੀ ਇਹਨਾਂ ਤੋਂ 5 ਗ੍ਰਾਮ ਚਿੱਟਾ ਨਿਕਲਿਆ ਜੀ ਅਤੇ ਮੈਂ ਇਹਨਾਂ ਦੀ ਬਹੁਤ ਸ਼ਲਾਘਾ ਕਰਦਾ ਅਸੀਂ ਇਹਨਾਂ ਦੇ ਨਾਲ ਹਾਂ ਸਾਰੀ ਪੰਚਾਇਤ ਸਾਰਾ ਨਗਰ ਅਤੇ ਸਾਨੂੰ ਡੀ ਆਈ ਚਹਿਲ ਸਾਹਿਬ ਦਾ ਬਹੁਤ ਸਹਿਯੋਗ ਹੈ ਜੀ ਅਸੀਂ ਸਾਰੇ ਜਿੱਥੋਂ ਤਿੱਕਰ ਇਹਨਾਂ ਦੀ ਸਾਰੇ ਪਿੰਡ ਵਾਸੀਆਂ ਬੰਨੀਓ ਸਾਡੇ ਕਨੀਓ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਜੀ ਦੋ ਜਿਹੜੇ ਫੜੇ ਗਏ ਉਹ ਤੁਸੀਂ ਪੁਲਿਸ ਨੂੰ ਫੜਾਤੇ ਹਾਂਜੀ ਉਹ ਪੁਲਿਸ ਨੂੰ ਫੜਾਤੇ ਜੀ ਕਿੰਨਾ ਚਿੱਟਾ ਨਿਕਲਿਆ ਉਹਨਾਂ ਤੋਂ ਉਹਨਾਂ ਕੋਲੋਂ ਜੀ 5 ਗ੍ਰਾਮ ਚਿੱਟਾ ਨਿਕਲਿਆ ਜੀ ਹਾਂ ਤੁਸੀਂ ਹਾਂ ਤੁਸੀਂ ਆਸੇ ਪਾਸੇ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹੋ ਵੀ ਨਸ਼ਾ ਬੰਦ ਕਰਨਾ ਹਾਂ 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 ਜੀ ਅਸੀਂ ਆਸੇ ਪਾਸੇ ਦੇ ਲੋਕਾਂ ਨੂੰ ਕਹਿ ਰਹੇ ਹਾਂ ਵੀ ਨਸ਼ਾ ਬੰਦ ਕਰੋ ਸਾਰੇ ਜੇ ਆਪਾਂ ਪਿੰਡਾਂ ਵਾਲਿਆਂ ਇਸ ਤਰ੍ਹਾਂ ਕਰਾਂਗੇ ਬਹੁਤ ਵਧੀਆ ਕੰਮ ਹੋਊਗਾ ਕਿਉਂ ਆਇਆ ਆਉਣ ਵਾਲੀ ਪੀੜ੍ਹੀ ਬਚ ਰਹੂਗੀ ਅਤੇ ਤੁਸੀਂ ਇਹਨੂੰ ਫਿਊਚਰ 'ਚ ਵੀ ਭਵਿੱਖ 'ਚ ਵੀ ਨਾਕੇ ਲਾਇਆ ਕਰੂ ਕਮੇਟੀ ਇਹ ਹਾਂਜੀ ਇਹ ਲਾਇਆ ਕਰੂ ਜੇ ਕੋਈ ਆਸੇ ਪਾਸੇ ਪਿੰਡ ਵਾਲਾ ਆਖੂਗਾ ਅਸੀਂ ਉਹਨਾਂ ਦਾ ਵੀ ਸਹਿਯੋਗ ਦੇਵਾਂਗੇ ਅਤੇ ਪਾਸੇ ਪਿੰਡਾਂ ਵਾਲੇ ਸਹਿਯੋਗ ਵੀ ਦੇ ਰਹੇ ਨੇ ਆਪਾਂ ਨੂੰ ਅਸੀਂ ਸਾਰਿਆਂ ਨਾਲ ਕਹਿੰਦੇ ਹਾਂ ਵੀ ਸਾਰੇ ਪੰਜਾਬ 'ਚ ਇਸ ਤਰ੍ਹਾਂ ਕਮੇਟੀਆਂ ਬਣਨੀਆਂ ਚਾਹੀਦੀਆਂ ਸਾਰਿਆਂ ਨਾਲ ਵਧੀਆ ਕੰਮ ਹੈ ਜੀ ਇਹ ਬਾਕੀ ਸਿਰੇ ਸਾਡੇ ਨਾਲ ਡੀ ਆਈ ਸਾਹਿਬ ਦਾ ਚਹਿਲ ਸਾਹਿਬ ਦਾ ਜੀ ਬਹੁਤ ਵਧੀਆ ਸਹਿਯੋਗ ਹੈ ਅਤੇ ਜਿੱਥੋਂ ਤੱਕ ਇਹ ਕੰਮ ਚੱਲਿਆ ਜੀ ਅਸੀਂ ਚਲਾਵਾਂਗੇ ਲਾਜਰੂ ਨਸ਼ਾ ਮੁਕਤ ਕਰਕੇ ਹਟਾਂਗੇ। ਇਸ ਮੌਕੇ ਜਦ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸੁਣੋ ਇਸ ਨਸ਼ਾ ਰੋਕੂ ਕਮੇਟੀ ਬਾਰੇ ਕੀ ਕਿਹਾ। ਹਾਂਜੀ ਸਰ ਕੀ ਨਾਂ ਸਰ ਤੁਹਾਡਾ? ਮੇਰਾ ਨਾਂ ਚਮਕੌਰ ਸਿੰਘ ਹੈ ਇੱਥੇ ਹੀ। ਚਮਕੌਰ ਸਿੰਘ ਕੀ ਮਾਮਲਾ ਸੀ ਉਹ ਜਿਹੜਾ ਚਿੱਟਾ ਫੜਿਆ ਕਿੱਥੋਂ ਫੜਿਆ ਅਤੇ ਕੀ ਮਾਮਲਾ ਦੱਸ ਗਿਆ? ਇਹ ਮਾਮਲਾ ਜਿਹੜਾ ਹੈਗਾ ਨਥੇਹੇ ਪਿੰਡ ਦੇ ਕੋਲੋਂ ਫੜਿਆ ਹੈਗਾ ਇਹ ਬਾਹਰੋਂ ਲੈ ਕੇ ਆਉਂਦੇ ਸੀਗੇ ਅਤੇ ਉੱਥੇ ਗਾਹਾਂ ਪੀਣ ਪੂਣ ਲੱਗੇ ਹੋਣੇ ਹੈਗੇ ਅਤੇ ਪਬਲਿਕ ਨੇ ਇਹਨਾਂ ਦੀ ਆਵਾਜਾਈ ਵਾਲਿਆਂ ਨੇ ਕੁੱਟਮਾਰ ਕੀਤੀ ਅਤੇ ਜਿਹੜਾ ਇਹਨਾਂ ਦਾ ਚਿੱਟਾ ਸੀਗਾ ਇਹਨਾਂ ਦੇ ਕੋਲ ਸੀਗਾ ਅਤੇ ਉਹ ਅਸੀਂ ਫੜ ਕੇ ਜਿਹੜੀ ਇਹਨਾਂ 'ਤੇ ਕਾਰਵਾਈ ਬਣਦੀ ਹੈ ਇਹਨਾਂ 'ਤੇ ਕਰਾਂਗੇ।
बाकी मैं इन्हों का मेडिकल कराया गा जिमें भी डॉक्टर जो भी यदा कुछ आऊगा बेच उस अनुसार कार्रवाई की जाऊगी जिन्हें कुटिया वो पुछ पड़ताल करके वह भी कार्रवाई की जाऊगी। कि फड़ा चिट्टा इन्हों का 4 ग्राम ठीक समझदे जिथो तक गल भी पबलिक जिहड़ी कुटमार नहीं करनी चाहीदी जे कोई नशा चीज है तो ओहदे संबंधी पुलिस नूं इतलाह दे देनी चाहीदी हैगी ते पुलिस आ के जिहड़ी कारवाई है उह कर देवे। आने वाले समय से जो कोई ऐ फटदा तुसीं उन्हां नूं कहना चाहुंदे हो भी वह पुलिस नूं देवे पाप कुट मार ना करे। हाँ ये कहना चाहुंदे हैगे भी पबलिक किसी की भी कुट मार ना करे जो भी कमेटी हैगी हैगी भी जिहड़ी बनदी कारवाई है वह पुलिस नूं इतलाह दे के करवा देण। नहीं लोगों की मंग है भी चिट्टा दिन दिन वध रहा है तुसीं की उपराले कर रहे हो? असीं यही उपराले कर रहे हैं भी जिथे सानूं मिलदा असीं भी फटदे हैं जिन्नी हुंदी है करदे हैं कारवाई करदे हैंगे सख्त कारवाई करदे हैं इन्हां ते भी हट जान चिट्टा ना पीन लोगों जिंदगियां खराब हो कितना कितने पहरे लोगों आप लाने चाहिए पॉजिटिव पहरे तो लाने चाहिए भी जितों तक लोगों लड़ाई नहीं करनी चाहिए कि जे किसी को चीज़ लगती है जो उत्थे मौके पर पुलिस को बुला लेन जो फिर जे कोई साफ करते हैं तो वह जे हिसाब ना भी कुट मार ना कर जितों तक इन्हों का है भी किसी ना लड़ाई झगड़ा ना कि मुलजम जी कि दोषी है ये एक तो ये विष्णु सिंह हैगा अपने हैगा भगते भाईके का एक चमनदीप हैगा यह हैगा सिरगे वाले का इधर कितने तलवंडी तो किसी तो लिया इन्होंने नामलूम बंदे तो वो इन्हों पता नहीं उन्होंने तोड़ ताड़ लगी उतो ले लिया इतने आके पीण लगे उत्थे पबलिक ने घेर ले मामला दर्ज कराया मामला इन्होंने 2168 NDP सैक्ट तहत दर्ज किया है बाकी जिन्ना पब्लिक ने कुटमार की वह तो हूँ इन्हों की कार्रवाई तो इधरली तो खत्म होगी हूँ असी इन्हों की पड़ताल करके किमें होंगी जेड़े का दोष होया प्राप्त हुई है ते सर तुसी उस बारे की जे कहना चाहुंदे मैं की कहना है मैं तो कामयाबी हुई है बहुत अच्छी गल है मैं कमेटी वाले पिंड वासियों पंचायत नौजवान बधाई देना जिन्हें 7-8 दिन तो बड़ी मेहनत ना काम कर रहे हैं रोज ही कामयाबी होंगे कदे कोई फड़ लिया कदे कोई फड़ लिया असीं उन्हां तों नेम धर्म करा के जां पंचायत नूं बुला के हवाले कर दिंदे आ जिहड़ा कोई खांदा पींदा उहदा नेम धर्म करा दिंदे आ अज कामयाबी वड्डी हुई है बहुत दलेरी नाल काबू कीते ने सिरियावाल पिंड है कोई उत्थों दे दो स्मगलर सीगे उह फड़े आ दलेरी नाल ते पुलिस वी मौके ते आ गई सी ते बहुत वधाई दिंदा मैं तां इही चाहुंदा भी जे नशा नूं बंद करना सच्ची गल है मैं भगवंत मान और मैं बहुत उम्मीदा आम लोगों के ये मुख्यमंत्री है दलेरी नाल फैसले लेंदे है सेंटर सरकार नूं बेनती है भी जे पंजाब नूं बचाउणा है पंजाब दे विच कितें खसखस की खेती कर दिओ दूजी जिहड़े 60 साल तो बीमार लोग है उन्हां दे पहलां परमिट बने हुंदे सी टीम दे वह परमिट बना दिओ नहीं तो बेचारे औखे हुंदे आ लुक छुप के लिआउंदे आ ਵਿੱਚੇ ਮੁਕੱਦਮੇ ਦਰਜ ਹੁੰਦੇ ਆ ਜੇਲ੍ਹਾਂ ਦੇ ਵਿੱਚੋਂ ਤੁਹਾਡਾ ਰਸ਼ ਘਟੂਗਾ ਜਿਹੜੇ ਨੌਜਵਾਨ ਚਿੱਟੇ 'ਚ ਲੱਗ ਕੇ ਉਹ ਛੱਡ ਨਹੀਂ ਸਕਦੇ ਉਹਨਾਂ ਦੇ ਕੋਈ ਕੋਈ ਇਲਾਜ ਨਹੀਂ ਹੈ ਉਹਨਾਂ ਨੂੰ ਗੋਲੀ ਤੇ ਲਾਤਾ ਜਿਹੜੀ ਜੀਭ ਤੇ ਰੱਖੀ ਹੁੰਦੀ ਆ ਉਹ ਸਰਕਾਰ ਗੋਲੀ ਦਿੰਦੀ ਆ। ਬਠਿੰਡਾ ਤੋਂ ਵਿਕਰਮ ਕੁਮਾਰ ਦੀ ਰਿਪੋਰਟ ਸਪੋਕਸਮੈਨ TV।